ਅਸੀਂ ਪੰਜਾਬ ਚੋਂ ਇੱਥੇ 2007 ਵਿੱਚ ਆਏ ਹਾਂ। ਸਾਡਾ ਆਉਣ ਦਾ ਕਾਰਨ ਸਾਡੇ ਬਾਬਾ ਜੀ ਸੰਤ ਬਾਬਾ ਇਕਬਾਲ ਸਿੰਘ ਜੀ ਇਹ ਪੰਜਾਬ ਤੋਂ ਇੱਧਰ ਆਏ, ਉਹਨਾਂ ਨੇ ਤਾਮਿਲਨਾਡੂ ਦਾ ਚੱਕਰ ਲਗਾਇਆ। ਪਰਮੇਸ਼ਵਰਮ ਸਾਡੇ ਗੁਰਦੁਆਰਾ ਸਾਹਿਬ ਹਨ, ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਇੱਥੇ ਆਏ ਹੋਏ ਹਨ ਕਿ ਬਾਬਾ ਜੀ ਨੇ ਪੰਜਾਬ ਦੇ ਵਿੱਚ ਕਿਹਾ, ਭਾਈ ਸਿੰਘੋ ਤੁਸੀਂ ਜਾ ਕੇ ਤਾਮਿਲਨਾਡੂ ਦੇ ਵਿੱਚ ਇਹ ਜ਼ਮੀਨ ਬੰਜੜ ਬਹੁਤ ਪਈ ਹੈ, ਉਹਨੂੰ ਦੇਖੋ, ਉਹ ਲੋਕ ਕਿਉਂ ਨਹੀਂ ਖੇਤੀ ਕਰ ਰਹੇ, ਉਹਦੇ ਕਾਰਨ ਕੀ ਹੈ। ਅਸੀਂ ਇੱਧਰ ਆਏ, ਜ਼ਮੀਨਾਂ ਦੇਖੀਆਂ, ਜ਼ਮੀਨਾਂ ਦੇ ਰੇਟ ਪੁੱਛੇ। ਉਸ ਟਾਈਮ ਜ਼ਮੀਨਾਂ ਦੇ ਰੇਟ 20,000 ਰੁਪਇਆ ਜ਼ਮੀਨ ਦਾ ਰੇਟ ਸੀ। ਅਸੀਂ ਨੇ ਇਸ ਧਰਤੀ ਦੇ ਵਿੱਚ ਇਹ ਬਾਬਾ ਜੀ ਦੀ ਕਿਰਪਾ ਦੇ ਨਾਲ ਬੂਟੇ ਲਾਏ, ਅੰਬਾਂ ਦੇ, ਨਾਰੀਅਲ ਅਤੇ ਜੈਕ ਫਰੂਟ ਅਤੇ ਬਾਕੀ ਹੋਰ ਮਰੂਦ ਅਤੇ ਪਪੀਤਾ ਇਹ ਲਾਉਣਾ ਸ਼ੁਰੂ ਕੀਤਾ, ਜਿਸ ਦੇ ਨਾਲ ਇਸ ਧਰਤੀ ਨੂੰ ਹਰਿਆ ਭਰਿਆ ਹੋ ਗਿਆ। ਸਾਰਾ ਤਾਮਿਲਨਾਡੂ ਰਾਮਨਾਡ ਡਿਸਟ੍ਰਿਕਟ ਦੇ ਵਿੱਚ ਸਭ ਖੁਸ਼ੀਆਂ ਨਾਲ, ਲੋਕਾਂ ਨੂੰ ਖੁਸ਼ੀ ਹੋਈ ਵੀ ਇਸ ਪੰਜਾਬੀਆਂ ਨੇ ਆ ਕੇ ਇੱਧਰ ਬਹੁਤ ਵਧੀਆ ਇਹ ਕੰਮ ਕਾਰਜ ਕੀਤਾ ਹੈ। ਸਾਲ ਦੇ ਵਿੱਚ ਪੰਜਾਬ ਦੇ ਵਿੱਚ ਵਾਪਸ ਇੱਕ ਦੋ ਵਾਰੀ ਜਾਂਦੇ ਹਾਂ, ਜੋ 15-20 ਦਿਨ ਅਸੀਂ ਪੰਜਾਬ ਦੇ ਵਿੱਚ ਲਾਉਂਦੇ ਹਾਂ, ਬਾਕੀ ਸਮਾਂ ਅਸੀਂ ਤਾਮਿਲਨਾਡੂ ਦੇ ਵਿੱਚ ਹੀ ਖੇਤੀਬਾੜੀ ਦੇ ਵਿੱਚ ਕੰਮ ਕਾਰਜ ਦੇ ਵਿੱਚ ਲੱਗੇ ਰਹਿੰਦੇ ਹਨ।